ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥ। ਇਸ ਸਮੇਂ ਅਸੀਂ ਉਸਮਾਨਪੁਰ ਪਿੰਡ ਵਿੱਚ ਮੌਜੂਦ ਹਾਂ। ਜਿਹੜੀ ਲਿੰਕ ਸੜਕ ਜਾਂਦੀ ਆ, ਮੇਨ ਸੜਕ ਹੈ, ਉਹਦੇ ਬਿਲਕੁਲ ਨਾਲ ਪੈਟਰੋਲ ਪੰਪ ਦੇ ਸਾਹਮਣੇ ਆ ਪਿੱਛੇ ਝੁੱਗੀਆਂ ਤੁਸੀਂ ਦੇਖ ਪਾ ਰਹੇ ਹੋ। ਇੱਕ ਤਰ੍ਹਾਂ ਦੀ ਇਹਨਾਂ ਦੀ ਕਲੋਨੀ ਬਣੀ ਹੋਈ ਹੈ ਝੁੱਗੀਆਂ ਵਾਲਿਆਂ ਦੀ, ਔਰ ਪਿਛਲੇ ਕਈ ਸਾਲਾਂ ਤੋਂ ਇਸੇ ਤਰੀਕੇ ਅਸੀਂ ਦੇਖਦੇ ਆ ਰਹੇ ਹਾਂ। ਲੇਕਿਨ ਕੱਲ੍ਹ ਇੱਥੇ ਘਟਨਾ ਹੋਈ ਹੈ ਜਿਹਨੇ ਝੰਝੋੜ ਕੇ ਰੱਖ ਦਿੱਤਾ ਇਹਨਾਂ ਨੂੰ, ਔਰ ਇੱਕ ਪਿਓ ਇੱਕ ਮਾਂ ਜਿਹੜੇ ਬਹੁਤ ਦੁਖੀ ਹੈ, ਬਹੁਤ ਪਰੇਸ਼ਾਨ ਹੈ, ਕਿਉਂਕਿ ਉਹਨਾਂ ਦਾ 1.5 ਸਾਲ ਦਾ ਬੱਚਾ ਕੱਲ੍ਹ ਇਸ ਸਥਾਨ ਤੋਂ ਗਾਇਬ ਹੈ, ਇਸ ਸਥਾਨ ਤੋਂ ਲਾਪਤਾ ਹੈ। ਆ ਜਾ ਬਾਈ, ਆ ਜਾ, ਔਰ ਇਸ ਵੀਰ ਦੀ ਆਪਾਂ ਮਦਦ ਕਰਨੀ ਹੈ। ਇਹਦੀ ਅੱਖਾਂ ਵਿੱਚ ਜਿਹੜੇ ਰੁਕੇ ਹੋਏ ਹੰਝੂ ਆ, ਤੁਸੀਂ ਉਹਨਾਂ ਨੂੰ ਦੇਖ ਸਕਦੇ ਹੋ, ਮਹਿਸੂਸ ਕਰ ਸਕਦੇ ਹੋ ਕਿ ਇਸਦਾ 1.5 ਸਾਲ ਦਾ ਪੁੱਤ ਕੋਈ ਇੱਥੋਂ ਚੱਕ ਕੇ ਲੈ ਗਿਆ। ਔਰ ਇਹ ਜਿਹੜੇ ਸ਼ੰਕੇ ਇਹਨਾਂ ਨੇ ਪਹਿਲਾਂ ਜ਼ਾਹਰ ਕੀਤੇ ਆ, ਆਪਣੇ ਮਨ ਦੀ ਪੀੜ ਜ਼ਾਹਰ ਕੀਤੀ ਆ, ਕਹਿੰਦੇ ਕਿ ਬੱਚਾ ਖੇਲਦਾ ਖੇਲਦਾ ਇੱਥੇ ਤੱਕ ਆ ਗਿਆ ਸੀਗਾ, ਬੱਚੇ ਦੇ ਦਾਦਾ ਜੀ ਸ਼ਾਇਦ ਇੱਥੇ ਸੀਗੇ, ਇਹਨੂੰ ਲੱਗਿਆ ਕਿ ਉਹ ਹੈਗੇ ਆ, ਬੱਚੇ ਨੂੰ ਚੱਕ ਲੈਣਗੇ। ਪਰ ਨਾਲ ਦੀ ਨਾਲ ਇਹ ਵੀ ਸ਼ੰਕਾ ਕਿ ਬੱਚਾ ਇੰਨੀ ਜਿਹੜੀ ਛੋਟੀ ਜਿਹੀ ਚੜ੍ਹਾਈ ਜਿਹੀ ਆ ਉਹ ਨਹੀਂ ਚੜ੍ਹ ਸਕਦਾ, 1.5 ਸਾਲ ਦਾ ਬੱਚਾ ਕਹਿੰਦੇ ਮਸਾ ਮਸਾ ਤੁਰਦਾ, ਅਤੇ ਇਹਨਾਂ ਨੂੰ ਸ਼ੱਕ ਹੈ ਕਿ ਕੋਈ ਚੱਕ ਕੇ ਲੈ ਗਿਆ। ਬਾਕੀ ਗੱਲ ਉਹਦੇ ਪਿਤਾ ਤੋਂ ਜਾਣਦੇ ਆ। ਨੀਰਜ, ਕਿੰਨੇ ਵਜੇ ਦੀ ਗੱਲ ਹੈ ਇਹ? 4:30 ਵਜੇ ਦੀ ਗੱਲ ਵਾ ਜੀ। 4:30 ਵਜੇ ਦੀ ਗੱਲ? ਹਾਂਜੀ। ਬੱਚਾ ਇੱਥੋਂ ਹੀ ਜਗ੍ਹਾ ਤੋਂ ਗਾਇਬ ਹੋਇਆ? ਹਾਂਜੀ, ਰੋਟੀ ਖਿਲਾ ਅਸੀਂ ਰੋਟੀ ਖਿਲਾਤੇ ਸੀਗੇ, ਫਿਰ ਇੱਧਰੋਂ ਆਇਆ ਸੀਗਾ, ਫਿਰ ਉਸੇ ਟਾਈਮ ਗਾਇਬ। ਤੁਸੀਂ ਕਿੱਥੇ ਸੀਗੇ? ਅਸੀਂ ਘਰੇ ਸੀਗਾ, ਅਸੀਂ ਰੋਟੀ ਉਹਨੂੰ ਖਾਂਦੇ ਸੀਗੇ। ਨਹੀਂ, ਤੁਸੀਂ ਦੇਖਿਆ ਨਹੀਂ ਕਿ ਬੱਚਾ ਇਕੱਲਾ ਬਾਹਰ ਜਾ ਰਿਹਾ? ਆਪਾਂ ਨਹੀਂ, ਮੈਂ ਅਸੀਂ ਸੋਚਿਆ ਮੈਂ ਕਿਹਾ ਦਾਦਾ ਹੈਗਾ ਮੁੜੇ ਉੱਥੇ ਬੈਠਾ ਹੋਣਾ, ਨਿਆਣੇ ਨੂੰ ਕੋਈ ਖਿਲਦਾ ਹੋਣਾ, ਦਾਦਾ ਬਾਹਰ ਗਿਆ ਸੀਗਾ ਲੈਟਰਿੰਗ ਕਰਨ ਨੂੰ। ਅੱਛਾ, ਅਤੇ ਤੂੰ ਇੰਨੀਆਂ ਝੁੱਗੀਆਂ ਜਿਵੇਂ ਹੁਣ ਉਹ ਕੁਛ ਹੈਗੀਆਂ, ਔਰਤਾਂ ਬੈਠੀਆਂ? ਕੋਈ ਵੀ ਨਹੀਂ ਸੀਗਾ ਜੀ, ਉਹ ਸਾਰੇ ਜੀੜੀ ਲਾਉਣ, ਝੋਨੇ ਲਾਉਣ ਗਏ ਸੀਗੇ ਜੀ। ਅਤੇ ਕੈਮਰੇ ਵਾਲੇ ਦੁਆਲੇ ਚੈੱਕ ਨਹੀਂ ਕੀਤੇ? ਚੈੱਕ ਕੀਤੇ ਹੋਏ ਜੀ, ਕਹਿੰਦਾ ਖਰਾਬ ਹੋ ਜੀ, ਕੋਈ ਕਹਿੰਦਾ ਕੈਚ ਨਹੀਂ ਕੀਤਾ। 4:30 ਵਜੇ ਦੀ ਗੱਲ? ਹਾਂਜੀ। ਤੁਸੀਂ ਕਿੰਨੀ ਦੇਰ ਬਾਅਦ ਫਿਰ ਬਾਹਰ ਆਏ? ਅਸੀਂ 10-15 ਮਿੰਟ ਤੋਂ। ਬੱਚਾ ਹੈ ਨਹੀਂ ਸੀ? ਬੱਚੇ ਹੈ ਨਹੀਂ ਸੀ। ਕੋਈ ਇੱਦਾਂ ਤਾਂ ਨਹੀਂ ਨਹਿਰ ਨੂਰ ਵੱਲ ਨੂੰ ਤਾਂ ਨਹੀਂ ਚਲਾ ਗਿਆ? ਨਹੀਂ ਜੀ, ਨਹਿਰ 'ਚ ਗਿਆ ਨਹੀਂ ਗਾ। ਕੋਈ ਕਿਸੇ 'ਤੇ ਸ਼ੱਕ ਹੋਵੇ? ਨਹੀਂ, ਸ਼ੱਕ ਤਾਂ ਨਹੀਂ। ਦੇਖੋ ਹੁਣ ਜਾਣ ਬੰਦਾ ਤਾਂ ਇੱਦਾਂ ਹੀ ਆ ਕੇ ਚੱਕ ਕੇ ਲਿਜਾ ਨਹੀਂ ਸਕਦਾ, ਪਿੱਛੇ ਕਲੋਨੀਆਂ ਆ, ਕੋਈ ਇੱਦਾਂ ਹੋ ਸਕਦਾ ਵਾਕਫ ਲਗਾਤਾਰ ਆਉਂਦਾ ਹੋਵੇ ਇੱਥੇ, ਕੋਈ ਕਿਸੇ 'ਤੇ ਸ਼ੱਕ? ਨਹੀਂ, ਸ਼ੱਕ ਕਿਸੇ 'ਤੇ ਕਿੱਦਾਂ? ਕੀ ਨਾਮ ਕਿਸੇ ਤੁਹਾਡੇ ਬੇਟੇ ਦਾ? ਸੋਨੂ ਕੁਮਾਰ। ਉਹਦੇ ਹੱਥ 'ਤੇ ਕੋਈ ਲਿਖਿਆ ਨਾਮ ਵਗੈਰਾ? ਨਹੀਂ। ਕੋਈ ਨਿਸ਼ਾਨੀ? ਨਿਸ਼ਾਨੀ ਹੈਗਾ ਪੈਰ 'ਚ ਹੈਗਾ। ਕੀ ਹੈ ਦੱਸੋ? ਉਹਨੂੰ ਸੱਟ ਲੱਗੇ ਹੋ ਸਕੇ ਇੱਥੇ, ਪੈਰ 'ਤੇ ਸੱਟ ਲੱਗੀ ਹੋਈ? ਹਾਂਜੀ। ਨਿਸ਼ਾਨ ਹੈ ਕਿ ਤਾਜ਼ੀ ਸੱਟ? ਨਹੀਂ, ਤਾਜ਼ੀ ਸੀਗਾ ਉਹ ਤਾਂ। ਤਾਜ਼ੀ ਸੱਟ ਲੱਗੀ ਹੋਈ? ਹਾਂਜੀ। ਕੱਪੜੇ ਕਿਹੜੇ ਪਾਏ ਸੀ? ਬਲੂ ਰੰਗ ਦਾ ਬਲੇਨ ਪਾਈ ਸੀ। ਬਲੇਨ ਪਾਈ ਸੀ? ਨਿੱਕਰ ਪਾਈ ਸੀ? ਨਹੀਂ, ਨਿੱਕਰ ਨਹੀਂ ਪਾਇਆ ਸੀਗਾ, ਇੱਕ ਸੈਂਡਲ ਪਾਇਆ ਸੀਗਾ। ਉੱਤੇ ਥੱਲੇ ਕੋਈ ਪਾਇਆ ਸੀ? ਪੈਂਟ ਪੁੱਟ? ਨਹੀਂ, ਪੈਂਟ ਨਹੀਂ ਪਾਇਆ ਸੀ। ਲੰਗਾ ਹੀ ਸੀ? ਲੰਗਾ ਹੀ ਸੀਗਾ। ਕੱਲੀ ਬਲੇਨ ਪਾਈ ਹੋਈ? ਹਾਂਜੀ, ਇੱਕ ਸੈਂਡਲ ਸੀਗਾ, ਇੱਕ ਪੈਰ 'ਚ ਇੱਕ ਪੈਰ 'ਚ ਸੈਂਡਲ ਸੀਗਾ ਜੀ। ਦੇਖੋ ਸਾਥੀਓ, ਆਪਾਂ ਇਹਨਾਂ ਦੀ ਮਦਦ ਕਰਨੀ ਹੈ। ਤੁਸੀਂ ਸਮਝ ਸਕਦੇ ਹੋ ਕਿ ਇੱਕ ਪਿਓ ਇੱਕ ਮਾਂ ਤੋਂ ਵੱਧ ਕੇ ਬੱਚੇ ਦਾ ਹੋਰ ਕੋਈ ਨਹੀਂ ਜਹਾਨ 'ਤੇ ਕਰ ਸਕਦਾ, ਔਰ ਇਹਨਾਂ ਦੇ ਦਿਲ 'ਤੇ ਇਸ ਸਮੇਂ ਕੀ ਬੀਤ ਰਹੀ ਹੈ ਅਸੀਂ ਇਹ ਮਹਿਸੂਸ ਕਰ ਸਕਦੇ ਹਾਂ। ਤੁਸੀਂ ਘਰ ਬੈਠੇ ਮਹਿਸੂਸ ਕਰ ਪਾ ਰਹੇ ਹੋਵੋਗੇ ਕਿ ਇੱਕ ਪੇ ਜਿਹੜਾ ਹੁਣ ਇਹ ਕੱਲ੍ਹ ਤੋਂ ਥਾਂ ਥਾਂ 'ਤੇ ਭਟਕ ਰਿਹਾ ਕਿ ਕਿਸੇ ਤਰੀਕੇ ਇਸ ਨੂੰ ਇਸਦਾ ਬੱਚਾ ਵਾਪਸ ਮਿਲ ਜਾਵੇ। ਬੱਚੇ ਆਂਦਰਾਂ ਹੁੰਦੀਆਂ ਮਾਂ ਪਿਓ ਦੀਆਂ, ਔਰ ਅਸਮਾਨਪੁਰ ਖੜ੍ਹੇ ਆ ਵਿਚਾਰੇ, ਇੱਧਰਲੇ ਪਾਸੇ ਗਏ ਆ, ਉਹ ਕਹਿੰਦੇ ਕਿ ਸਾਡੇ ਕੈਮਰਾ ਨਹੀਂ ਚੱਲਦਾ, ਇੱਧਰਲੇ ਪਾਸੇ ਗਏ ਕਹਿੰਦੇ ਸਾਡੇ ਨਹੀਂ ਚੱਲਦਾ। ਪਰ ਦੋ ਹੀ ਤਰੀਕੇ ਆ, ਜਾਂ ਤਾਂ ਅਸਮਾਨਪੁਰ ਤੋਂ ਆ ਬਲਾਚੌਰ ਵੱਲ ਨੂੰ ਗਿਆ ਹੋਊਗਾ ਚੱਕ ਕੇ ਕੋਈ, ਜਾਂ ਇੱਧਰ ਨੂੰ ਜਿਹੜਾ ਅੱਗੇ ਪਿੰਡ ਆਉਂਦਾ, ਕਿਹੜਾ ਅੱਗੇ ਪਿੰਡ ਆਉਂਦਾ ਕਿ ਜਿਹੜਾ ਪਿੰਡ ਅਸਮਾਨਪੁਰ ਆਉਂਦਾ ਪੁਲੀ ਟੱਪ ਕੇ, ਇੱਕ ਆਹ ਵੀ ਛੋਟੀ ਜਿਹੀ ਸੜਕ ਜਾਂਦੀ ਹੈ ਇੱਧਰਲੇ ਪਾਸੇ ਹੋ ਸਕਦਾ। ਲੇਕਿਨ ਸਾਡੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ, ਤੁਸੀਂ ਇਹਨਾਂ ਰਾਹਾਂ 'ਤੇ ਕਿਸੇ ਪਾਸੇ ਵੀ ਰਹਿੰਦੇ ਹੋ, ਆਪਣੇ ਕੈਮਰੇ ਚੈੱਕ ਕਰ ਲਓ, ਇਸ ਵੀਰ ਦੀ ਮਦਦ ਕਰਨੀ ਹੈ। ਤੁਸੀਂ ਜਦ ਕੋਸ਼ਿਸ਼ ਕਰਦੇ ਹੋ ਤਾਂ ਜਾਦੂ ਹੋ ਜਾਂਦਾ, ਕਰਾਮਾਤ ਹੋ ਜਾਂਦੀ ਹੈ ਇਸ ਵੀਰ ਦੀ। ਉਹ ਦੇਖੋ ਉਹਦੀ ਅੱਖਾਂ 'ਚ ਜਿਹੜਾ ਹੰਝੂ ਲੁਕਿਆ ਹੋਇਆ। ਬਾਈ ਜੀ, ਇਹਦੀ ਆਪਾਂ ਕਿੱਦਾਂ ਮਦਦ ਕਰ ਸਕਦੇ? ਤੁਸੀਂ ਲੋਕਲ ਹੋ? ਹਾਂਜੀ ਹਾਂਜੀ। ਇੱਥੋਂ ਕਹਿੰਦੇ ਬੱਚਾ ਚੱਕ ਹੋ ਗਿਆ,
ਨਹੀਂ ਵਿੱਚ ਤਾਂ ਕਹੀ ਜਾਂਦੇ ਆ ਜੀ ਇੱਥੇ ਚੱਕ ਹੋ ਗਿਆ, ਵਿੱਚੇ ਕਹੀ ਜਾਂਦੇ ਇੱਥੇ ਪਰਲੇ ਪਾਸੇ ਨਾ ਸੈਵ ਇੱਕ ਮਤਲਬ ਬਣਾਇਆ ਹੋਇਆ ਪੱਕਾ ਇੱਟਾਂ ਦਾ ਡਾਊਨ ਜਿਹਾ, ਵਿੱਚੇ ਕਹੀ ਜਾਂਦੇ ਵੀ ਨਹਿਰ ਦੇ ਵਿੱਚ ਡਿੱਪਿਆ। ਇਹ ਹਜੇ ਸ਼ੋਰ ਨਹੀਂ ਹੋਇਆ ਹੈਗਾ ਵੀ ਮਤਲਬ ਚੱਕ ਹੋਇਆ ਜਾਂ ਮਤਲਬ ਨਹਿਰ 'ਚ ਡਿੱਗਿਆ। ਹਾਂ ਦੱਸ ਬਈ। ਜ਼ਿਆਦਾਤਰ ਸੁਣਨੇ 'ਚ ਇਹ ਆਇਆ, ਅਸੀਂ ਲੋਕਲ ਹੀ ਹਾਂ, ਆਹੀ ਸਾਡਾ ਆਲੇ ਦੁਆਲੇ ਖੇਤੀਬਾੜੀ ਆਲੇ ਦੁਆਲੇ ਖੇਤ ਆਪਣੇ ਹੀ ਆ, ਜ਼ਿਆਦਾਤਰ ਸੁਣਨੇ 'ਚ ਇਹੀ ਆਇਆ ਨਾ, ਬਾਕੀ ਕਿਸੇ ਨੇ ਦੇਖਿਆ ਵੀ ਹੈ ਨਹੀਂ ਜਾਂ ਚੱਕਿਆ ਹੋਵੇ ਜਾਂ ਡਿੱਗਿਆ ਹੋਵੇ। ਯਾਨੀ ਕਿ ਮੇਨ ਗੱਲ ਜੇ ਡਿੱਗਿਆ ਵੀ ਹੋਇਆ ਚਲੋ ਤਾਂ ਪਤਾ ਤਾਂ ਫਿਰ ਨਹਿਰੀ ਵਿਭਾਗ ਨਾਲ ਗੱਲ ਕਰਕੇ ਪਤਾ ਲਗਾਇਆ ਜਾ ਸਕਦਾ। ਹਾਂਜੀ ਲਗਾ ਜਾ ਸਕਦਾ ਜੀ। ਬਾਕੀ ਪਤਾ ਕਿਆ ਹੈ ਜੀ, ਜੇ ਹੁਣ ਜੇ ਚੱਕਿਆ ਵੀ ਹੋਊਗਾ ਚੱਕ ਕੇ ਵੀ ਕਿਸੇ ਕੋਈ ਕਿਆ ਲੈ ਲਊਗਾ ਜੀ ਇਹਨਾਂ ਤੋਂ, ਇਹ ਤਾਂ ਪਹਿਲੇ ਵਿਚਾਰੇ ਆਪਣੇ ਉਹੀ ਕਮਾਉਣਾ ਉਹੀ ਖਾਣਾ। ਪਤਾ ਕੀ ਹੈ ਜੀ, ਜਿਹੜੇ ਕਈ ਅਨਸਰ ਹੁੰਦੇ ਆ ਸਮਗਲਰ ਹੁੰਦੇ ਆ ਉਹਨਾਂ ਦੇ ਹੱਥ ਨਾ ਆ ਗਏ ਹੋਵੇ, ਔਰ ਤੁਹਾਨੂੰ ਪਤਾ ਫਿਰ ਉਹ ਕੀ ਕਰਦੇ ਆ ਕਿ ਬੱਚਿਆਂ ਤੋਂ ਭੀਖ ਮੰਗਵਾਉਂਦੇ ਆ, ਔਰ ਉਹਨਾਂ ਲਈ ਤਾਂ ਇੱਕ ਤਰ੍ਹਾਂ ਦਾ ਉਹ ਚੀਜ਼ ਆ, ਬੱਚਾ ਨਹੀਂ ਆ ਉਹ। ਹੋ ਸਕਦਾ ਹਾਂਜੀ, ਬਾਕੀ ਜ਼ਿਆਦਾਤਰ ਚਾਂਸ ਨਹਿਰ 'ਚ ਡਿੱਗਣ ਦੇ ਬਣਦੇ ਆ ਜੀ, ਵੀ ਨਹਿਰ 'ਚ ਡਿੱਗ ਗਿਆ। ਬਾਕੀ ਇਹਨਾਂ ਨੇ ਕਿਆ ਮਤਲਬ ਗੱਲਬਾਤ ਕੀਤੀ ਆ ਨਹਿਰੀ ਵਿਭਾਗ ਵਾਲਿਆਂ ਨਾਲ? ਨਹਿਰ 'ਚ ਗਿਆ ਨਹੀਂ ਉੱਧਰ ਯਾਰ, ਥਾਣੇ ਵਾਲਿਆਂ ਨੇ ਥੋੜ੍ਹਾ ਦੇਖਣਾ, ਇਹ ਤਾਂ ਨਹਿਰੀ ਵਿਭਾਗ ਵਾਲੇ ਦੇਖੋ ਜਾਂ ਝਾਲ 'ਤੇ ਦੇਖੋ ਜਾਂ ਅਗਲੇ ਘੱਕੇ ਵਾਲ ਦੇਖੋ, ਫਿਰ ਪਾਸੇ ਹੋਰ ਤੱਕ ਨਹੀਂ ਆਉਣਾ। ਦੂਏ ਤੀਏ ਦਿਨ ਲਾਸ਼ ਉੱਪਰ ਆਉਂਦੀ, ਤੁਹਾਨੂੰ ਵੀ ਪਤਾ ਜੀ, ਹੋਰ ਤੱਕ ਕੱਲ੍ਹ ਡਿੱਗਿਆ। ਹਾਂਜੀ ਕੱਲ੍ਹ ਡਿੱਗਿਆ ਯਾਰ, ਅੱਜ ਪਤਾ ਲੱਗੂ, ਸ਼ਾਮ ਤੱਕ ਜਾਂ ਕੱਲ੍ਹ ਨੂੰ ਪਤਾ ਲੱਗਣਾ ਤੁਹਾਨੂੰ। ਇਹ ਨਹੀਂ ਪਤਾ ਡਿੱਗਿਆ ਕਿ ਕੋਈ ਚੱਕ ਕੇ ਲੈ ਕੇ ਗਿਆ ਉੱਧਰ ਨੇੜੇ, ਇੱਧਰ ਡਿੱਗੇ ਹੋਇਆ, ਫਿਰ ਤਾਂ ਦੂਏ ਤੀਏ ਦਿਨ ਦੇਖੋ ਜੀ ਲਾਸ਼ ਉੱਪਰ ਆਉਂਦੀ ਆ। ਬਾਕੀ ਫਿਰ ਬਾਕੀ ਫਿਰ ਹੋਰ ਕੇਸ ਹੋ ਸਕਦਾ ਫਿਰ ਜੀ ਨਾ ਕੋਈ ਚੱਕਦੇ। ਹਾਂਜੀ ਨਹੀਂ ਦੇਖੋ, ਜੇ ਬਾਈ ਚਾਂਸ ਆਪਾਂ ਮੰਨ ਕੇ ਚੱਲਦੇ ਕੋਈ ਚੱਕ ਕੇ ਲੈ ਗਿਆ ਫਿਰ ਕਿੱਦਾਂ ਹੱਲ ਹੋ ਸਕਦਾ ਭਾਜੀ? ਚੱਕ ਕੇ ਫਿਰ ਤਾਂ ਥਾਣੇ ਰਿਪੋਰਟ ਦੇ ਹੋਣੀ ਆ ਜੀ ਪਹਿਲਾਂ, ਫਿਰ ਪੁਲਿਸ ਮੁਲਾਜ਼ਮ ਕਰੂਗੇ ਛਾਣ ਪੀਣ, ਆਲੇ ਦੁਆਲੇ ਪਤਾ ਕਰੂਗੇ ਜੀ, ਫਿਰ ਹੀ ਪਤਾ ਲੱਗ ਸਕਦਾ। ਚਲੋ ਆਪਾਂ ਵੀ ਜਿੰਨੇ ਵੀ ਇੱਧਰ ਆਲੇ ਦੁਆਲੇ ਪਿੰਡਾਂ ਵਾਲੇ ਆਪਣੇ ਪਿੰਡਾਂ ਦਾ ਨਾਂ ਲੈ ਦਿਓ, ਆਪਣੇ ਘਰ ਦੇ ਬਾਹਰ ਕੈਮਰੇ ਚੈੱਕ ਕਰ ਲੈਣ, ਜਾਂ ਇੱਧਰ ਦੁਕਾਨਾਂ ਵਾਲੇ ਆਪਣੇ ਕੈਮਰੇ ਚੈੱਕ ਕਰ ਲੈਣ ਜੇ ਕਿਤੇ ਬਾਹਰ ਬੱਚਾ ਇੱਦਾਂ ਲੈ ਕੇ ਜਾ ਰਿਹਾ, ਕਿਉਂਕਿ ਬਾਈ ਦੱਸਦਾ ਕਿ ਇਕੱਲੀ ਬਨੈਣ ਪਾਈ ਆ, ਥੱਲੇ ਕੋਈ ਕੱਪੜਾ ਨਹੀਂ ਪਾਇਆ, ਨੰਗਾ ਹੀ ਸੀਗਾ, ਇੱਕ ਸੈਂਡਲ ਪਾਇਆ, ਲੱਤ 'ਤੇ ਸੱਟ ਲੱਗੀ ਆ। ਤੁਸੀਂ ਆਪਣੇ ਪਲੀਜ਼ ਕੈਮਰੇ ਚੈੱਕ ਕਰ ਲਓ, 4:30 ਦਾ ਟਾਈਮ ਹੈ। ਆਲੇ ਦੁਆਲੇ ਭਾਅ ਜੀ ਕਿਹੜੇ ਪਿੰਡ ਪੈਂਦੇ ਇੱਧਰ? ਆਲੇ ਦੁਆਲੇ ਆਹ ਨਾਲ ਰਾਮਗੜ੍ਹ ਵਾ ਜੀ, ਰਾਣੇ ਵਾਲ ਅਤੇ ਚੜ੍ਹ ਮਜ਼ਾਰਾ, ਕਾਜਮਪੁਰ, ਸੋਤਾ, ਸਵਾਜਪੁਰ, ਬਾਕੀ ਇੱਧਰ ਗੋਲਡੋਂ, ਰਮਰੈਪੁਰ, ਸਾਰੇ ਇੱਧਰ। ਤਾਂ ਜਿੰਨੇ ਪਿੰਡ ਵਾਲੇ ਬਾਈ ਹੁਣੀ ਨਾਲ ਆ, ਆਪਣੇ ਪਲੀਜ਼ ਘਰਾਂ ਦੇ ਬਾਹਰਲੇ ਕੈਮਰੇ ਚੈੱਕ ਕਰ ਲਈਓ, ਜਿਹੜੇ ਕਈ ਵੇਲੇ ਪਿੰਡਾਂ ਦੀ ਸੱਥਾਂ 'ਚ ਬੈਠੇ ਹੁੰਦੇ, ਜੇ ਉਹਨਾਂ ਨੂੰ ਦੇਖ ਲੱਗਦਾ ਕਿ ਬੱਚਾ ਦੇਖਿਆ ਕੋਈ ਲੰਘਿਆ ਸੀ ਸ਼ਾਮ ਨੂੰ 4:30 ਤੋਂ ਬਾਅਦ, ਤਾਂ ਜ਼ਰੂਰ ਇਸ ਵੀਰ ਨਾਲ ਸੰਪਰਕ ਕਰ ਲਿਓ, ਤਲਾਹ ਕਰ ਦਿਓ। ਤੁਸੀਂ ਬਿਲਕੁਲ ਦੇਖ ਪਾ ਰਹੇ ਹੋ ਨਹਿਰ ਦੇ ਨਾਲ ਪੈਟਰੋਲ ਪੰਪ ਦੇ ਨਾਲ ਝੁੱਗੀਆਂ ਆ, ਆਪਾਂ ਮਦਦ ਕਰਨੀ, ਕਿਉਂਕਿ ਮਾਂ ਪਿਓ ਤੁਸੀਂ ਸਮਝ ਸਕਦੇ ਹੋ ਕਿ ਨਾ ਇਹਦਾ ਦਿਨ ਨਿਕਲਦਾ ਨਾ ਰਾਤ ਨੂੰ, ਕਹਿੰਦੇ ਚੈਨ ਆ, ਔਰ ਤੱਕ ਕਹਿੰਦੇ ਘੁੰਮ ਫਿਰ ਰਹੇ ਆ, ਅੱਖਾਂ 'ਚ ਇਹਦੇ ਹੰਝੂ ਦੇਖ ਕੇ ਮਨ ਜਿਹੜਾ ਆਪਣਾ ਵੀ ਭਰਦਾ ਕਿ ਬੱਚਾ ਦੇਖ ਲਓ, ਮਾਂ ਪਿਓ ਲਈ ਸਭ ਤੋਂ ਇੰਪੋਰਟੈਂਟ ਬੱਚੇ ਹੁੰਦੇ ਆ, ਸਭ ਤੋਂ ਪਿਆਰੇ ਮਾਂ ਪਿਓ ਲਈ ਬੱਚੇ ਹੁੰਦੇ ਆ, ਔਰ ਇਸ ਤਰੀਕੇ ਬੱਚੇ ਦਾ ਇਸ ਲਾਪਤਾ ਹੋ ਜਾਣਾ, ਉਹਦੇ ਦਿਲ 'ਚ ਜੋ ਸੱਟ ਵੱਜਦੀ ਅਸੀਂ ਮਹਿਸੂਸ ਕਰ ਸਕਦੇ। ਜਿਹੜੇ ਚੱਕਣ ਵਾਲੇ ਆ ਉਹ ਤੁਹਾਨੂੰ ਸਾਨੂੰ ਪਤਾ ਕਿ ਜਿਹੜੇ ਤਸਕਰੀ ਕਰਦੇ ਬੱਚਿਆਂ ਦੀ, ਉਹ ਬੱਚਿਆਂ ਤੋਂ ਭੀਖ ਹੀ ਮੰਗਵਾਉਂਦੇ, ਬੱਚਿਆਂ ਦੀ ਜ਼ਿੰਦਗੀ ਨੂੰ ਜਹਾਨੋਂ ਬਣਾ ਦਿੰਦੇ ਆ, ਨਰਕ ਨਾਲੋਂ ਵੀ ਬੁਰੀ ਬਣਾ ਦਿੰਦੇ ਆ, ਔਰ ਆਪਾਂ ਇਹਨਾਂ ਦੀ ਮਦਦ ਕਰਨੀ ਹੈ। ਪਲੀਜ਼ ਆਪਾਂ ਕੈਮਰੇ ਚੈੱਕ ਕਰ ਲਈਏ, ਆਪਾਂ ਜੇ ਕੋਈ ਲੰਘ ਕੇ ਗਿਆ ਸਾਨੂੰ ਲੱਗਦਾ ਕਿ ਯਾਰ ਬੱਚਾ ਲੈ ਕੇ ਕੋਈ ਲੰਘ ਰਿਹਾ ਸੀ, ਦੇਖਿਆ ਕੋਈ ਮਾੜਾ ਮੋਟਾ ਵੀ ਸ਼ੱਕ ਹੈ, ਜ਼ਰੂਰ ਇਤਲਾਹ ਕਰ ਦਿਓ। ਆਪਣਾ ਨੰਬਰ ਬੋਲ ਦਿਓ ਜੀ। 77-430-90-754 77-430-90-754 ਤੁਸੀਂ ਨੰਬਰ ਇਹਨਾਂ ਦਾ ਸੁਣ ਲਿਆ, ਔਰ ਨਾਲ ਦੀ ਨਾਲ ਸਕਰੀਨ ਵੀ ਜੇ ਸਕਰੀਨ 'ਤੇ ਜਿਹੜੀ ਤਸਵੀਰ ਵੀ ਹੈ ਅਤੇ ਬੇਟੇ ਦੀ ਚੱਲ ਰਹੀ ਹੈ, ਬੱਚੇ ਦੀ ਚੱਲ ਰਹੀ ਹੈ, ਤਾਂ ਕੋਸ਼ਿਸ਼ ਕਰੀਏ ਕਿ ਆਪਾਂ ਇਹਨਾਂ ਦੀ ਮਦਦ ਕਰ ਸਕੀਏ। ਬਹੁਤ ਬਹੁਤ ਸ਼ੁਕਰੀਆ।